ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 3 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨ ਤੀਜੇ ਕਾਂਡ ਦਾ ਪਹਿਲਾ ਭਾਗ ਤੀਰਥ ਯਾਤਰਾ ਅਤੇ ਗੁਰਬਾਣੀ ਅਤੇ ਦੂਸਰਾ ਭਾਗ ਅਜਹੀ ਤੀਰਥ ਯਾਤਰਾ ਵਿਅਰਥ ਦੀ ਖੇਚਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਿੱਖ ਨੂੰ ਵਿਪਰਨ ਕੀ ਰੀਤ ਤੇ ਹਰ ਪੱਖ ਤੋਂ ਜਾਣੂ ਕਰਾਉਣ ਦੇ ਯਤਨ ਦੇ ਸਬੰਧ ਵਿੱਚ ਹੀ ਪਿਛਲੇ ਲੇਖ ਰਾਹੀਂ ਉਹਨਾਂ ਤੀਰਥਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਉਹਨਾਂ ਮਨਕੜਤ ਕਹਾਣੀਆਂ ਦੇ ਆਧਾਰ ਤੇ ਬਣਾਏ ਗਏ ਸਨ ਜਿਹੜੀਆਂ ਵਿਦਵਾਨ ਅਤੇ ਯੋਜਨਾ ਕਾਢਣ ਵਿੱਚ ਨਿਪੁੰਨ ਵਿਪਰਜੀ ਨੇ ਧਰਮ ਗ੍ਰੰਥਾਂ ਵਿੱਚ ਲਿਖ ਦਿੱਤੀਆਂ ਹੋਈਆਂ ਸਨ ਉਹਨਾਂ ਸਮੂਚੇ ਤੀਰਥ ਸਥਾਨਾਂ ਦਾ ਕਿਸੇ ਇਤਿਹਾਸਕ ਅਸਤੀ ਨਾਲ ਦੂਰ ਦਾ ਵੀ ਰਿਸ਼ਤਾ ਨਹੀਂ ਹੈ ब्राह्मणी तीर्थਾਂ ਦੇ ਇਸ ਪੱਖ ਦਾ ਜ਼ਿਕਰ ਕਰਨ ਲੱਗਿਆਂ ਇਹ ਯਾਦ ਕਰਕੇ ਕਲੇਜਾ ਮੂੰਹ ਨੂੰ ਆਉਂਦਾ ਹੈ ਕਿ ਬ੍ਰਾਹਮਣ ਦਾ ਚੇਲਾ ਬਣ ਚੁੱਕੇ ਨਾਮ ਤਰੀਕ ਸਿੱਖ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੂਰਜਮੰਗ ਲਿਸ਼ਕਾਰੇ ਮਾਰਦੇ ਗੁਰੂ ਇਤਿਹਾਸ ਨੂੰ ਵੀ ਗ੍ਰਹਿਣ ਲਾ ਦਿੱਤਾ ਹੈ। ਹੇਮਕੁੰਡ ਤੀਰਥ ਦੇ ਬਣ ਜਾਣ ਤੇ ਗੁਰੂ ਇਤਿਹਾਸ ਬੇਦਾਗ ਨਹੀਂ ਰਿਹਾ। ਇਸ ਤੀਰਥ ਸਥਾਨ ਦਾ ਵੀ ਕਿਸੇ ਇਤਿਹਾਸਕ ਘਟਨਾ ਨਾਲ ਦੂਰ ਦਾ ਵੀ ਕੋਈ ਸਬੰਧ ਨਹੀਂ ਹੈ ਆਪਣੇ ਪ੍ਰੀਖਿਆ ਦਿਨ ਨੂੰ ਖਾਲਸਾ ਸਿਧਾਂਤ ਦੇ ਜਨਮਦਾਤਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲੋਂ ਆਪਣਾ ਅਡਰਾ ਜਨਮ ਦਿਨ ਮਨਾਉਣ ਵਾਲੇ ਗੁਰੂ ਕੇ ਲਾਲ ਦਾ ਇਹ ਹੇਮਕੁੰਡ ਸਾਹਿਬ ਵੀ ਨਰੂਲ ਕਲਪਨਾ ਦੀ ਉਪਜ ਮਿਥਿਆਸਿਕ ਲਿਖਤ ਦਾ ਹੀ ਇੱਕ ਨਿਆਰਾ ਚਮਤਕਾਰ ਹੈ ਅਸਾਂ ਪਿੱਛੇ ਵਿਚਾਰ ਲਿਆ ਹੈ ਕਿ ਅਜਿਹੇ ਤੀਰਥ ਸਥਾਨ ਕੇਵਲ ਕੋਟਲ ਨੀਤੀ ਲਖਾਰੀ ਦੀ ਮਾਇਆ ਘਰ ਸੀ ਯੋਜਨਾ ਨਾਲ ਪਾਏ ਭਰਮ ਨੇ ਹੀ ਬਣਵਾਏ ਹਨ ਤੀਰਥ ਯਾਤਰਾ ਲਈ ਜਾਣਾ ਕਿਸੇ ਮਹਾਪੁਰਖ ਦੀ ਪਰਉਪਕਾਰੀ ਜੀਵਨੀ ਦੇ ਇਤਿਹਾਸ ਦੇ ਆਧਾਰ ਤੇ ਬਣੇ ਤੀਰਥ ਸਥਾਨ ਦੇ ਦਰਸ਼ਨਾਂ ਲਈ ਜਾਣ ਵਾਲੇ ਦੇ ਹਿਰਦੇ ਵਿੱਚ ਕਿਸੇ ਸਵਾਰਥੀ ਲਾਲਸਾ ਦੇ ਹੋਣ ਦੀ ਥਾਂ ਤੇ ਉਸ ਮਹਾਪੁਰਖ ਦੇ दैवी guna ਕਾਰਨ ਬਣੀ ਅਥਾ ਸ਼ਰਧਾ ਹੋਣੀ ਚਾਹੀਦੀ ਹੈ ਫਿਰ guna ਦੀ सार ਜਾਣਨ ਵਾਲੇ ਸੱਚੇ ਆਸ਼ਿਕ ਨੂੰ ਉਹ ਅਸਥਾਨ ਉਸ ਪਿਆਰੇ ਦੇ ਆਤਮਿਕ ਦਰਸ਼ਨਾਂ ਦਾ ਸੋਮਾ ਬਣਿਆ ਦਿਸਦਾ ਹੈ। ਮਨੁੱਖਤਾ ਦੇ ਪਿਆਰ ਵਿੱਚ ਆਪਣੀ ਜ਼ਿੰਦਗੀ ਲਾ ਦੇਣ ਵਾਲੇ ਅਤੇ ਸੰਸਾਰ ਨੂੰ ਕੇਵਲ ਸੱਚ ਨਾਲ ਜੋੜ ਦੇਣ ਦੇ ਯਤਨਾਂ ਵਿੱਚ ਜੀਵਨ ਲਾ ਗਏ ਮਹਾਂਪੁਰਖਾਂ ਦੀ ਜੀਵਨੀ ਨਾਲ ਜਿੰਨਾ ਬਹੁਤਾ ਪਿਆਰ ਹੋਵੇ ਉਨੀ ਹੀ ਵੱਧ ਇੱਛਿਆ ਹੁੰਦੀ ਹੈ ਉਸ ਪਾਵਨ ਪਵਿੱਤਰ ਥਾਂ ਦੇ ਦੇਖਣ ਦੀ। ਉਸ ਥਾਂ ਤੋਂ ਸਦਕੇ ਜਾਣ ਨੂੰ ਦਿਲ ਕਰਦਾ ਹੈ ਜਿੱਥੇ ਪਿਆਰੇ ਪ੍ਰੀਤਮ ਦੇ ਮੁਬਾਰਕ ਕਦਮ ਪੈਂਦੇ ਰਹੇ ਸਨ ਪਿਆਰੇ ਦੇ ਜਨਮ ਸਥਾਨ ਤੇ ਪੁੱਜ ਕੇ ਮਿੱਟੀ ਦੇ ਉਹਨਾਂ ਕਿਣਕਿਆਂ ਨੂੰ ਅੱਖੀਆਂ ਤੇ ਰੱਖਣ ਨੂੰ ਦਿਲ ਲੋਚਦਾ ਹੈ ਜਿਨ੍ਹਾਂ ਭਾਗਾਾਂ ਵਾਲੀ ਧੂੜ ਨੂੰ ਅਰਸ਼ੀ ਪ੍ਰੀਤਮ ਦੀ ਸ਼ੋਭਾ ਪ੍ਰਾਪਤ ਹੋਈ ਸੀ ਅਜਹੀ ਪ੍ਰੇਮ ਡੋਰੀ ਪ੍ਰੇਮੀ ਨੂੰ ਉਹਨਾਂ ਤੀਰਥ ਸਥਾਨਾਂ ਵੱਲ ਨੂੰ ਖਿੱਚ ਪਾਈ ਰੱਖਦੀ ਹੈ ਅਰਸ਼ੀ ਸ਼ੋਹ ਨਾਲ ਧਨ ਹੋ ਚੁੱਕੇ ਪਾਵਨ ਥਾਂ ਤੇ ਗੁਜ਼ਾਰੇ ਜ਼ਿੰਦਗੀ ਦੇ ਉਹਨਾਂ ਪਲਾਂ ਸਮੇਂ ਪਿਆਰੇ ਦੀ ਗੱਲ ਵਕੜੀ ਵਿੱਚ ਬੈਠਿਆਂ ਅਨੁਭਵ ਕਰੀਦਾ ਹੈ ਉਸ ਯਾਤਰਾ ਦਾ ਸਾਰਾ ਸਮਾਂ ਪਿਆਰੇ ਦੀ ਜੀਵਨੀ ਦੀਆਂ ਝਾਕੀਆਂ ਦੇ ਦਰਸ਼ਨਾਂ ਤੋਂ ਪੈਂਦੀ ਠੰਡ ਵਿੱਚ ਬੀਤਦਾ ਹੈ ਆਪਣੇ ਪਿਆਰੇ ਦੇ ਜੀਵਨ ਕਾਰਨਾਮਿਆਂ ਦੀ ਵੱਧ ਤੋਂ ਵੱਧ ਜਾਣਕਾਰੀ ਦੀ ਲਾਲਸਾ ਉਸ ਦੀ ਜ਼ਿੰਦਗੀ ਦੇ ਆਧਾਰ ਤੇ ਬਣੇ ਅਸਥਾਨਾਂ ਵੱਲ ਨੂੰ ਉਹਕੇ ਲੈ ਤੁਰਦੀ ਹੈ ਰੱਬੀ ਦੇਸ਼ ਦੇ ਵਾਸੀ ਜਿਸ ਗੁਰੂ ਨੇ ਮਨੁੱਖ ਨੂੰ ਪਰਮ ਆਨੰਦ ਨਾਲ ਜੋੜਿਆ ਹੈ ਉਸ ਰੱਬ ਰੂਪ ਮਹਾਨ ਗੁਰੂ ਦੇ ਆਤਮਕ ਦਰਸ਼ਨਾਂ ਲਈ ਬਿਰਹਾ 쿠ਠਾ ਹਿਰਦਾ ਇਉਂ ਦੀਆਂ ਪੁਕਾਰਾਂ ਕਰ ਰਿਹਾ ਹੁੰਦਾ ਹੈ ਮਾਈ ਮੇਰੋ ਪ੍ਰੀਤਮ RAM ਬਤਾਓ ਰੀ ਮਾਈ ਹਉ ਹਰ ਬਿਨ ਖਿੰਨ ਪਲ ਰਹਿ ਨਾ ਸਕੋ ਜੈਸੇ ਕਰ ਹਲ ਬੇਲ ਰਜਾਈ ਰਹਾਉ ਮਰਾ ਮਨ ਬੈਰਾਗ ਬਿਰਖਤ ਪਇਓ ਹਰ ਦਰਸ਼ਨ ਮੀਤ ਕੈ ਤਾਈ ਜੈਸੇ ਆਲ ਕਮਲਾ ਬਿਨ ਰਹਿ ਨਾ ਸਕੈ ਤੈਸੇ ਮੋਇ ਹਰ ਬਿਨ ਰਹਿਣ ਨਾ ਜਾਈ ਹਰ ਆਖ ਸ਼ਰਨ ਜਗਦੀਸ਼ਰ ਪਿਆਰੇ ਮੋਇ ਸ਼ਰਦਾ ਪੂਰ ਹਰ ਗੁਸਾਈ ਜਨ ਨਾਨਕ ਕੈ ਮਨ ਆਨੰਦ ਹੋਤ ਹੈ ਹਰ ਦਰਸ਼ਨ ਨਿਮਖ ਦਿਖਾਈ ਪੰਨਾ 369 ਆਪਣੇ ਪਿਆਰੇ ਪ੍ਰੀਤਮ ਦੇ ਜੀਵਨ ਨਾਲ ਜੁੜੇ ਪਾਵਨ ਅਸਥਾਨਾਂ ਤੇ ਪੁੱਜਣ ਦੀ ਲਾਲਸਾ ਵਾਲੇ ਪ੍ਰੇਮ ਲੁੱਠਿਆਂ ਦੇ ਹਿਰਦੇ ਪਲ-ਪਲ ਇਹੀ ਪੁਕਾਰਦੇ ਹਨ ਜਿਸ ਪਿਆਰੇ ਸਿਉਨੇਹੇ ਤਿਸ ਆਗੇ ਮਰ ਚੱਲੀਏ ਧ੍ਰਿਗ ਜੀਵਨ ਸੰਸਾਰ ਤਾਕੈ ਪਾਛੇ ਜੀਵਨ ਪੰਨਾ 83 ਗੁਰਮਤਿ ਨੇ ਕੇਵਲ ਅਜਹੀ ਭਾਵਨਾ ਨਾਲ ਜਾਣ ਵਾਲੇ ਦੀ ਤੀਥ ਯਾਤਰਾ ਪ੍ਰਵਾਨ ਕੀਤੀ ਹੈ ਪਾਪਾਂ ਦਾ ਨਾਸ਼ ਕਰਨ ਲਈ ਜਾਂ ਮਨ ਇੱਛੇ ਫਲ ਹਾਸਲ ਕਰਨ ਦੀ ਇੱਛਿਆ ਵਾਲੇ ਸੋਖਣਾ ਪੂਰੀਆਂ ਕਰਨ ਵਾਲੇ अथवा तीर्थ ਯਾਤਰਾ ਨੂੰ ਬੜਾ ਪੁੰਨ ਕਰਮ ਸਮਝਣ ਵਾਲਿਆਂ ਨੂੰ ਗੁਰਮਤਿ ਨੇ ਭਰਮੀ ਮਨੁੱਖਾਂ ਦੀ ਭਟਕਣਾ ਕਿਹਾ ਹੈ ਵਿਖਾਵਾ ਕਿਹਾ ਹੈ ਹੰਕਾਰ ਪੈਦਾ ਕਰਨ ਵਾਲੀ ਅਤੇ ਆਤਮਿਕ ਜੀਵਨ ਬਰਬਾਦ ਕਰਨ ਵਾਲੀ ਯਾਤਰਾ ਮੰਨਿਆ ਹੈ ਤੀਰਥਾਂ ਦੇ ਇਸ਼ਨਾਨ ਨੂੰ ਪੁੰਨ ਕਰਮ ਸਮਝਣ ਵਾਲਿਆਂ ਲਈ ਗੁਰੂ ਗ੍ਰੰਥ ਸਾਹਿਬ ਦੀ ਪ੍ਰਥਮ ਬਾਣੀ ਜਪਜੀ ਸਾਹਿਬ ਵਿੱਚੋਂ ਹੀ ਉਪਦੇਸ਼ ਮਿਲਣੇ ਆਰੰਭ ਹੋ ਜਾਂਦੇ ਹਨ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਪਿਆਰੇ ਨਾਲ ਆਤਮਿਕ ਮਿਲਾਪ ਦੀ ਸਿੱਖ ਨਾਲ ਉਸ ਦੀ ਜਨਮ ਭੂਮੀ अथवा ਉਸ ਦੀ ਕਰਮ ਭੂਮੀ ਤੇ ਜਾਣਾ ਹੋਰ ਗੱਲ ਹੈ ਪਰ ਪ੍ਰਭੂ ਦੀਆਂ ਨਜ਼ਰਾਂ ਵਿੱਚ ਭਾ ਜਾਣ ਦਾ ਸਾਧਨ ਸਮਝ ਕੇ ਤੀਰਥਾਂ ਤੇ ਇਸ਼ਨਾਨ ਲਈ ਜਾਣਾ ਵਿਅਰਥ ਦਾ ਅਡੰਬਰ ਹੈ ਸਤਗੁਰੂ ਜੀ ਫਰਮਾਨ ਕਰਦੇ ਹਨ ਕਿ ਮੈਂ ਤੀਰਥਾਂ ਤੇ ਤਦ ਹੀ ਜਾਵਾਂ ਜੇ ਇਸ ਤਰ੍ਹਾਂ ਤੈਨੂੰ ਭਾ ਜਾਂਦਾ ਹੋਵਾਂ ਭਾਵ ਪ੍ਰਭੂ ਨਾਲ ਬਣ ਆਉਣੀ ਹੀ ਮੇਰੇ ਲਈ ਤੀਰਥਾਂ ਦਾ ਇਸ਼ਨਾਨ ਹੈ ਜਗਜੀਤ ਸਿੰਘ ਦੀ ਦਸਵੀਂ ਪੌੜੀ ਵਿੱਚ ਫਰਮਾਇਆ ਹੈ ਕਿ ਸੁਰਤ ਜੋੜ ਕੇ ਪ੍ਰਮਾਤਮਾ ਦੇ ਨਾਮ ਦੀ ਮਹਿਮਾ ਸੁਣਨੀ अथवा ਪ੍ਰਭੂ ਦੀ ਯਾਦ ਵਿੱਚ ਸੁਰਤ ਜੋੜਨੀ ਪ੍ਰਭੂ ਦੇ ਸਿਮਰਨ ਵਿੱਚ ਚੁੱਭੀ ਲਾਉਣੀ ਹੀ 68 ਤੀਰਥਾਂ ਦਾ ਇਸ਼ਨਾਨ ਹੈ ਸੁਣਿਆ 860 ਦਾ ਇਸ਼ਨਾਨ ਫਿਰ ਇਕਵੀ ਪੌੜੀ ਦੇ ਆਰੰਭ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਹਨ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਨ ਅਰਥਾਤ ਤੀਰਥਾਂ ਦੇ ਦਰਸ਼ਨ ਇਸ਼ਨਾਨ ਜੀਵਾਂ ਤੇ ਨੱਕ ਤੇ ਪੱਟੀ ਬੰਨੀ ਫਿਰਨ ਵਾਲੀ ਫੋਕੀ ਪਰਮੀ ਦਇਆ ਹੱਥੋਂ ਦਿੱਤੇ ਹੋਏ ਦਾਨ ਆਦਕ ਕਤਤ ਪੁੰਨ ਕਰਮਾਂ ਦੇ ਵਟੇ ਐਵੇਂ ਤਿਲਕ ਕੋ ਜਿੰਨਾ ਦੁਨਿਆਵੀ ਮਾਣ ਹੀ ਮਿਲਦਾ ਹੈ ਬਸ ਹੋਰ ਕੁਝ ਨਹੀਂ ਸਵਰਦਾ ਭਾਵ ਅਜਿਹੇ ਦਿਖਾਵੇ ਵਾਲੇ ਕਰਮਕਾਂਡ ਵਿਅਰਥ ਹਨ ਇਸ ਤੋਂ ਅਗਲੀ ਤੋਕ ਵਿੱਚ ਗੁਰੂ ਨਾਨਕ ਦੇਵ ਜੀ ਸੱਚੇ ਤੀਰਸਦੀ ਸੋਝੀ ਕਰਵਾਉਂਦੇ ਹੋਏ ਫਰਮਾਨ ਕਰਦੇ ਹਨ ਸੁਣਿਆ ਮੰਨਿਆ ਮੰਨ ਕੀਤਾ ਭਾਉ ਅੰਤਰਗਤ ਤੀਰਥ ਮਲਨ ਜਿਸ ਮਨੁੱਖ ਨੇ ਆਪਣੀ ਮਤ ਨੂੰ ਸ੍ਰੇਸ਼ਟ ਸਮਝਣ ਵਾਲਾ ਸੁਭਾਗ ਉਆ ਕੇ ਕੇਵਲ ਗੁਰੂ ਦੀ ਮਤ ਤੇ ਚੱਲਣ ਦੀ ਪੱਕੀ ਸ਼ਰਧਾ ਵਾਲਾ ਸੁਭਾਅ ਬਣਾ ਲਿਆ ਤਾਂ ਗੁਰੂ ਦੀ ਕਿਰਪਾ ਨਾਲ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਸਮਾ ਜਾਂਦਾ ਹੈ ਅਜਿਹਾ ਭਾਗਾ ਵਾਲਾ ਹਿਰਦਾ ਮਨ ਨੂੰ ਇੱਕ ਪਵਿੱਤਰ ਤੀਰਥ ਬਣ ਜਾਂਦਾ ਹੈ ਫਿਰ ਆਪਣੇ ਹਿਰਦੇ ਘਰ ਦੇ ਇਸ ਤੀਰਥ ਵਿੱਚ ਹਰ ਸਮੇਂ ਮਲ ਮਲ ਕੇ ਇਸ਼ਨਾਨ ਕਰੋ ਇਹ ਹੀ ਇੱਕ ਅਜਿਹਾ ਤੀਰਥ ਹੈ ਜਿਸ ਵਿੱਚ ਇਸ਼ਨਾਨ ਕੀਤੇਆਂ ਪਾਪਾਂ ਦੀ ਮੈਲ ਲਹਿ ਜਾਂਦੀ ਹੈ ਇਹ ਹੀ ਹੈ ਉਹ ਨਾਮ ਰੰਗ ਜਿਸ ਦੀ ਬਰਕਤ ਨਾਲ ਪਾਪਾਂ ਨਾਲ ਮਲੀਨ ਹੋਈ ਮਤ ਸਾਫ਼ ਹੋ ਜਾਂਦੀ ਹੈ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਪੈ ਨਾਵੇਂ ਕੇ ਰੰਗ ਜਪ ਜੀ ਗੁਰਦੇਵ ਜੀ ਦੇ ਸਮੇਂ ਤੱਕ ਵੇਦ ਬਾਣੀ ਦਾ ਢੋਲ ਇੰਨੇ ਜ਼ੋਰ ਦਾ ਖੜਕਿਆ ਹੋਇਆ ਸੀ ਕਿ ਬਹੁਤੀ ਲੋਕਾਈ ਵੇਦਾਂ ਦੀ تعلیم ਦੇ ਅਸਰ ਨੂੰ ਸੱਚੇ ਦਿਲੋਂ ਕਬੂਲ ਕਰ ਚੁੱਕੀ ਹੋਈ ਸੀ ਤਦੇ ਹੀ ਗੁਰੂ ਨਾਨਕ ਜੀ ਨੇ ਇਉਂ ਪ੍ਰਮਾਨ ਕੀਤਾ ਕਿ ਮਾਂਦਲ ਵੇਦ ਸੇ ਬਾਜਣੋ ਘਣੋ ਧੜਿਏ ਜੋਏ ਨਾਨਕ ਨਾਮ ਸੰਭਾਲ ਤੂੰ ਬਿੱਜ ਅਵਰ ਨ ਕੋਏ ਪੰਨਾ 1093 ਅਰਥ ਕਣਾ ਧੜਾ ਭਾਵ ਬਹੁਤ ਲੋਕਾਈ ਤੱਕਦੀ ਹੈ ਉਸ ਢੋਲ ਨੂੰ ਜੋ ਢੋਲ ਵੇਦ ਨੇ ਵਜਾਇਆ ਹੋਇਆ ਹੈ ਭਾਵ ਕਰਮ ਕਾਂਡ ਦਾ ਰਸਤਾ ਤੀਥ ਯਾਤਰਾ ਪੁੰਨ दान ਹੋਮ ਜਾਗ ਆਦ ਗੁਰੂ ਨਾਨਕ ਜੀ ਦਾ ਉਪਦੇਸ਼ ਹੈ ਕਿ ਇਹ ਪ੍ਰਾਣੀ ਤੂੰ ਨਾਮ ਸਿਮਰ ਹੋਰ ਦੂਜਾ ਕੋਈ ਰਸਤਾ ਨਹੀਂ ਹੈ ਗੁਰਦੇਵ ਜੀ ਦੇ ਫਰਮਾਨ ਤੋਂ ਸਪਸ਼ਟ ਹੋ ਰਿਹਾ ਹੈ ਕਿ Vedic ਕਥਾ ਕਹਾਣੀਆਂ ਦੇ ਆਧਾਰ ਤੇ ਬਣੇ अथवा ਪੁਰਾਣਿਕ ਗ੍ਰੰਥਾਂ ਵਿਚਲੇ ਮਿਥਿਹਾਸ ਤੇ ਆਸਰੇ ਬਣਾਏ ਤੀਥਾਂ ਨਾਲ ਜੋੜੀਆਂ ਕਥਤ ਕਰਾਮਾਤੀ ਸ਼ਕਤੀਆਂ ਨੂੰ ਅਗਿਆਨੀ ਮਨੁੱਖ ਆਪਣੀ ਕਲਿਆਣ ਦਾ ਸਾਧਨ ਮੰਨ ਚੁੱਕਾ ਸੀ ਭਰਮ ਜਾਲ ਦੇ ਇਸ ਦੁਖਦਾਈ ਜੂੜੇ ਵਿੱਚ ਫਸੀ ਹੋਈ ਜਨਤਾ ਆਪਣੀ ਲਹੂ ਪਸੀਨੇ ਦੀ ਕਮਾਈ ਭੇਟਾ ਕਰ ਦੇਣ अथवा ਸਰਬੰਸ দান ਕਰ ਦੇਣ ਨੂੰ ਆਪਣੀ ਅਤੇ ਆਪਣੀਆਂ ਕੁੱਲਾਂ ਦੀ ਗਤੀ ਦਾ ਕੇਵਲ ਮਾਤਰ ਸਾਧਨ ਮੰਨ ਚੁੱਕੀ ਸੀ ਕਿਨਾਵਣੇ ਧੋਖੇ ਵਿੱਚ ਫਸਾ ਕੇ ਲੁੱਟ ਖਾਣਾ ਨਰਦਈ ਧਾਰਮਿਕ ਆਗੂ ਇਹ ਬੇਪਰ ਹਿੰਦੂ ਜਗਤ ਦਾ ਸੱਚਾ ਗੁਰੂ ਬਣ ਚੁੱਕਾ ਸੀ ਕਬੀਰ ਬ્રાਹਮਣ ਗੁਰੂ ਹੈ ਜਗਤ ਦਾ ਪੰਨਾ 1377 ਵਾਸਤਵ ਵਿੱਚ ਬ੍ਰਾਹਮਣ ਹੀ ਹਿੰਦੂ ਜਗਤ ਦਾ ਪੂਜਨਿਕ ਦੇਵਤਾ ਸੀ ਮੰਦਰਾਂ ਵਿੱਚ ਪਈਆਂ ਮੂਰਤੀਆਂ ਵਾਲੇ ਦੇਵਤੇ ਇਸੇ ਮੂਲ ਦੇਵਤੇ ਦੀ ਕਲਮ ਦੀ ਉਪਜ ਹਨ ਹਜ਼ਾਰਾਂ ਸਾਲਾਂ ਤੋਂ ਫਸੇ ਇਸ ਮਨਮੋਹਣੇ ਇੰਦਰਜਾਲ ਵਿੱਚੋਂ ਅਗਿਆਨੀ ਮਨੁੱਖ ਦੀ ਖਲਾਸੀ ਕਰਾ ਲੈਣੀ ਬੜੀ ਕਠਨ ਪ੍ਰਤਗਿਆ ਸੀ ਤੀਰਥਾਂ ਦੀ ਸ਼ਕਤੀ ਮਨੁੱਖਾ ਮਨ ਦੀ ਹਰ ਚੰਦੌਰੀ अथवा ਗੰਦਰਬ ਨਗਰੀ ਅਜ ਤਾਈਂ ਬਣੀ ਹੋਈ ਹੈ ਸਤਿਗੁਰੂ ਨਾਨਕੀ ਦਾ ਗਿਆਨ ਹੀ ਇਸ ਮਾਇਆ ਜਾਲ ਵਿੱਚੋਂ ਛੁਟਕਾਰੇ ਦਾ ਕੇਵਲ ਮਾਤਰ ਸਾਧਨ ਹੈ ਰਾਮ ਗ੍ਰਸੇ ਮਨੁੱਖ ਨੂੰ ਗੁਰੂ ਬਾਣੀ ਦੇ ਨਿਆਰੇ ਗਿਆਨ ਦੇ ਹਰ ਪੱਖ ਤੋਂ ਜਾਣੂ ਕਰਵਾਉਣਾ ਸੀ ਹਰ ਸੰਭਵ ਸ਼ੰਕੇ ਤੋਂ ਚੰਗੀ ਤਰ੍ਹਾਂ ਮੁਕਤ ਕਰ ਦੇਣ ਦੇ ਯਤਨ ਵਿੱਚ ਹੀ ਸਤਿਗੁਰਾਂ ਨੇ ਆਪਣੇ ਗਿਆਨ ਦੇ ਹਰ ਪੱਖ ਦੇ ਕਈ-ਕਈ ਸ਼ਬਦ ਰਚੇ ਤੀਰਥਾਂ ਦੇ ਕਥ ਕਰਮਾਤੀ ਭਰਮ ਵਿੱਚੋਂ ਕੱਢਣ ਲਈ ਸਤਿਗੁਰੂ ਜੀ ਨੇ ਜਿਹੜੀ ਘਾਰਨਾ ਘਾੜੀ ਆ ਉਸ ਦੀ ਵਿਚਾਰ ਤੋਂ ਲਾਭ ਲੈ ਕੇ ਜੀਵਨ ਯੁਕਤ ਸਵਾਰ ਲੈਣ ਦਾ ਯਤਨ ਕਰੀਏ ਭਾਗ ਦੂਜਾ ਅਜਹੀ ਤੀਰਥ ਯਾਤਰਾ ਵਿਅਰਥ ਦੀ ਖੇਚਲ ਤੀਰਥ ਨਾਏ ਅਰ ਧਰਨੀ ਪ੍ਰਮਤਾ ਆਗੇ ਠੋਰ ਨਾ ਪਾਵੇ ਉਹਾਂ ਕਾਮ ਨ ਆਵੇ ਇਹ ਵਿਦ ਉਹ ਲੋਗਨ ਹੀ ਪਤਿ ਆਵੇ ਪੰਨਾ 216 ਅਰਥ ਜਿਹੜਾ ਮਨੁੱਖ ਤੀਰਥ ਤੇ ਇਸ਼ਨਾਨ ਕਰਦਾ ਹੈ ਤੇ ਤਿਆਗੀ ਬਣ ਕੇ ਧਰਤੀ ਤੇ ਰਟਨ ਕਰਦਾ ਫਿਰਦਾ ਹੈ ਉਹ ਵੀ ਪ੍ਰਭੂ ਦੀ ਦਰਗਾਹ ਵਿੱਚ ਥਾਂ ਨਹੀਂ ਲੱਭ ਸਕਦਾ ਅਜੇ ਹਾ ਤਿਆਗੀ ਸਿਰਫ ਲੋਕਾਂ ਨੂੰ ਹੀ ਆਪਣੇ ਧਰਮੀ ਹੋਣ ਦਾ ਨਿਸ਼ਚਾ ਕਰਾ ਰਿਹਾ ਹੁੰਦਾ ਹੈ ਅੰਤਰ ਮੈਲ ਜੇ ਤੀਰਥ ਨਾ ਵੈ ਤਿਸ ਬੈਕੁੰਠ ਨਾ ਜਾਣਾ ਲੋਕ ਪਤੀਣੇ ਕਛੂ ਨਾ ਹੋਵੇ ਨਾਹੀ ਰਾਮ ਇਹਾਣਾ ਪੂਜੋ ਰਾਮ ਇੱਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ ਰਹਾ ਜਲ ਕੈ ਮੱਜਨ ਜੇ ਗਤ ਹੋਵੇ ਨਿਤ ਨਿਤ ਮੇਂਡੁਕ ਨਾਵੇ ਜੈਸੇ ਮੇਂਡੁਕ ਤੈਸੇ ਓਇ ਨਰ ਫਿਰ ਫਿਰ ਜੋਨੀ ਆਵੇਂ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਂਚਿਆ ਜਾਈ ਹਰ ਕਾ ਸੰਤ ਮਰੇ ਹੜੰਬੈ ਤਾਂ ਸਗਲੀ ਸੈਨ ਧਰਾਈ ਦਿਨ ਸਨਾਰੈਨ ਬੇਦ ਨਹੀਂ ਸਾਸਤਰ ਤਹਾਂ ਬਸੈ ਨਰੰਕਾਰਾ ਕਹੇ ਕਬੀਰ ਨਰ ਤਿਸੇ ਧਿਆਵੂ ਬਾਵਰਿਆ ਸੰਸਾਰਾ ਪੰਨਾ 484 ਅਰਥ ਜੇ ਮਨ ਵਿੱਚ ਵਿਕਾਰਾਂ ਦੀ ਮੈਲ ਟਿੱਕੀ ਰਹੇ ਤੇ ਕੋਈ ਮਨੁੱਖ ਤੀਰਥਾਂ ਉੱਤੇ ਨਾ ਹੋਂਦਾ ਹੈ ਤਾਂ ਇਸ ਤਰ੍ਹਾਂ ਉਸਨੇ ਸੁਰਗ ਵਿੱਚ ਨਹੀਂ ਜਾ ਆਪੜਨਾ ਤੀਰਥਾਂ ਉੱਤੇ ਨਹਾਤਿਆਂ ਲੋਕ ਤਾਂ ਕਹਿਣ ਲੱਗ ਪੈਣਗੇ ਕਿ ਇਹ ਭਗਤ ਹੈ ਪਰ ਲੋਕਾਂ ਦੇ ਪਤੀਜਿਆਂ ਕੋਈ ਲਾਭ ਨਹੀਂ ਹੁੰਦਾ ਕਿਉਂਕਿ ਪਰਮਾਤਮਾ ਜੋ ਹਰੇਕ ਦੇ ਦਿਲ ਦੀ ਜਾਣਦਾ ਹੈ ਅਹਿਆਣਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਦਸੇਰਾ ਉਤੇ ਤੁਰਨਾ ਹੀ ਅਸਲ ਤੀਰਥ ਇਸ਼ਨਾਨ ਹੈ ਸੋ ਇੱਕ ਪਰਮਾਤਮਾ ਦੇਵ ਦਾ ਹੀ ਭਜਨ ਕਰੋ ਪਾਣੀ ਵਿੱਚ ਚੁੱਭੀਆਂ ਲਾਇਆ ਜੇ ਮੁਕਤੀ ਮਿਲ ਸਕਦੀ ਹੁੰਦੀ ਤਾਂ ਡੱਡੂ ਸਦਾ ਨਾ ਹੁੰਦੇ ਹਨ ਜਿਵੇਂ ਡੱਡੂ ਹਨ ਤੇਵੇਂ ਉਹ ਮਨੁੱਖ ਸਮਝੋ ਪਰਮਾਤਮਾ ਦੇ ਨਾਮ ਤੋਂ ਬਿਨਾਂ ਉਹ ਸਦਾ ਜੂਨਾ ਵਿੱਚ ਪਏ ਰਹਿੰਦੇ ਹਨ ਜੇ ਮਨੁੱਖ ਕਾਂਸੀ ਵਿੱਚ ਸਰੀਰ त्याਗੇ ਪਰ ਮਨ ਉਹ ਰਹੇ ਕਠੋਰ ਇਸ ਤਰ੍ਹਾਂ ਉਸ ਦਾ ਨਰਕ ਵਿੱਚ ਪੈਣਾ ਛੋਟ ਨਹੀਂ ਸਕਦਾ ਦੂਜੇ ਪਾਸੇ ਪਰਮਾਤਮਾ ਦਾ ਭਗਤ ਮਗਰ ਦੀ ਸਰਾਪੀ ਹੋਈ ਧਰਤੀ ਵਿੱਚ ਵੀ ਜਾ ਮਰੇ ਤਾਂ ਉਹ ਸਗੋਂ ਸਾਰੇ ਲੋਕਾਂ ਨੂੰ ਹੀ ਤਾਰ ਲੈਂਦਾ ਹੈ ਕਹਾਂ ਭਇਓ ਤੀਰਥ ਬ੍ਰਤ ਕੀਏ ਆਰਾਮ ਸ਼ਰਨ ਨਹੀਂ ਆਵੇ ਜੋਗਜਗ નિਫਲ ਤਹਿਮਨੋ ਜੋ ਪ੍ਰਭ ਜਸ ਬਿਸਰავੈ ਪੰਨਾ 830 ਅਰਥ ਜੇ ਮਨੁੱਖ ਪਰਮਾਤਮਾ ਦੀ ਸ਼ਰਨ ਨਹੀਂ ਪੈਂਦਾ ਤਾਂ ਉਸ ਦੇ ਤੀਰਥ ਯਾਤਰਾ ਕਰਨ ਦਾ ਕੋਈ ਲਾਭ ਨਹੀਂ ਵਰਤ ਰੱਖਣ ਦਾ ਕੋਈ ਫਾਇਦਾ ਨਹੀਂ ਜਿਹੜਾ ਮਨੁੱਖ ਪਰਮਾਤਮਾ ਦੀ ਸਿੱਖਤ ਸਲਾਹ ਭੁਲਾ ਦਿੰਦਾ ਹੈ ਮੈਂ ਸਮਝਦਾ ਹਾਂ ਕਿ ਉਸ ਤੇ ਜੋ ਸਾਧਨ ਅਤੇ ਜੱਗ ਆਦਿਕ ਸਭ ਕਰਮ ਵਿਅਰਥ ਹਨ ਭਾਵ ਸਿਵਾਏ ਪ੍ਰਭੂ ਦੀ ਯਾਦ ਦੇ ਬਾਕੀ ਤੀਥ ਇਸ਼ਨਾਨ ਆਦ ਸਾਰੇ ਕਰਮ ਕਾਂਡੀ ਉਦਮ નિਸਫਲ ਹਨ ਅੰਤਰ ਅਗਨ ਨਾ ਗੁਰਬਿਨ ਪੂਜੇ ਬਾਹਰ ਪੂਰ ਤਾਪੈ ਗੁਰ ਸੇਵਾ ਬਿਨ ਭਗਤ ਨਾ ਹੋਵੀ ਕਿਉ ਕਰ ਚੀਨਸ ਆਪੈ ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰ ਆਤਮ ਜਾਪੈ 86 ਤੀਰਥ ਭਰਮ ਵਿਗੂਚੈ ਕਿਉ ਮਲ ਧੋਪੈ ਪਾਪੈ ਪੰਨਾ 1013 ਅਰਥ ਆਪਣੇ ਵੱਲੋਂ ਤਿਆਗੀ ਬਣੇ ਮਨੁੱਖ ਦੇ ਮਨ ਵਿੱਚ ਤ੍ਰਿਸ਼ਨਾ ਦੀ ਬਲ ਦੀ ਅੱਗ ਗੁਰੂ ਤੋਂ ਬਿਨਾਂ बुझਦੀ ਨਹੀਂ ਪਰ ਬਾਹਰ ਧੋਣੀਆਂ ਤਪਉਂਦਾ ਹੈ ਗੁਰੂ ਦੀ ਦਸੀ ਸੇਵਾ ਕਰਨ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਹੋ ਨਹੀਂ ਸਕਦੀ ਫਿਰ ਇਹ ਮਨੁੱਖ ਆਪਣੇ ਆਤਮਿਕ ਜੀਵਨ ਨੂੰ ਕਿਵੇਂ ਪਛਾਣੇ ਉਹਨਾਂ ਅੰਤਰ ਆਤਮੇ ਇਸ ਨੂੰ ਸੋਝਦਾ ਹੈ ਕਿ ਉਹ ਕੀਰਤੀ ਗ੍ਰਸਤੀਆਂ ਦੀ ਨਿੰਦਿਆ ਕਰ ਕਰਕੇ ਨਰਕੀ ਜੀਵਨ ਬਤੀਤ ਕਰ ਰਿਹਾ ਹੈ 68 ਤੀਰਥਾਂ ਉੱਤੇ ਭਾਉ ਕੇ ਵੀ ਮਨਮੁਖ ਤਿਆਗੀ ਖੁਵਾਰ ਹੀ ਹੁੰਦੇ ਹਨ ਤੀਥਾਂ ਤੇ ਜਾ ਕੇ ਇਸ਼ਨਾਨ ਕਰਨ ਨਾਲ ਵੀ ਪਾਪਾਂ ਦੀ ਮੈਲ ਕਿਵੇਂ ਧੁੱਪ ਸਕਦੀ ਹੈ ਭਾਵੇਂ ਸਾਰੇ 68 ਤੀਰਥਾਂ ਦੇ ਇਸ਼ਨਾਨ ਕਰ ਲੈਣੇ ਵੀ ਨ ਸਫਲ ਹਨ ਜਿਸ ਜੀਵ ਅੰਤਰ ਮੈਲਾ ਹੋਏ ਤੀਰਥ ਭਵੇਂ ਦਸੰਤਰ ਲੋਏ ਨਾਨਕ ਮਿਲਿਆ ਸਤਿਗੁਰ ਸੰਗ ਤੋ ਭਉ ਜਲ ਕੇ ਤੂਟਸ ਬੰਧ ਪੰਨਾ 1169 ਅਰਥ ਜਿਸ ਮਨੁੱਖ ਦਾ ਅੰਦਰਲਾ ਮਨ ਆਤਮਾ ਵਿਕਾਰਾਂ ਨਾਲ ਮੈਲਾ ਹੋ ਜਾਂਦਾ ਹੈ ਉਹ ਜੇ ਤੀਰਥਾਂ ਤੇ ਜਾਂਦਾ ਹੈ ਭਾਵੇਂ ਜਗਤ ਦੇ ਹੋਰ ਦੇਸ਼ਾਂ ਵਿੱਚ ਵਿਰਖਤ ਰਹਿਣ ਲਈ ਤੁਰਿਆ ਫਿਰਦਾ ਹੈ ਤਾਂ ਵੀ ਉਸ ਦੇ ਮਾਇਆ ਵਾਲੇ ਬੰਧਨ ਟੁੱਟਦੇ ਨਹੀਂ हे ਨਾਨਕ ਜੇ ਗੁਰੂ ਦਾ ਮੇਲ ਪ੍ਰਾਪਤ ਹੋਵੇ ਤਾਂ ਹੀ ਪ੍ਰਮਾਤਮਾ ਮਿਲਦਾ ਹੈ ਤਦੋਂ ਹੀ ਸੰਸਾਰ ਸਮੁੰਦਰ ਵਾਲੇ ਬੰਧਨ ਟੁੱਟਦੇ ਹਨ ਹੋਮ ਜਗ ਜਾਪ ਤਪ ਸਭ ਸੰਜਮ ਤਟ ਤੀਰਥ ਨਹੀਂ ਪਾਇਆ ਮਿਟਿਆ ਆਪ ਪਏ ਸ਼ਰਨਾਈ ਗੁਰਮਖ ਨਾਨਕ ਜਗਤ ਧਰਾਇਆ ਪੰਨਾ 1139 ਅਰਥ ਇਹ ਨਾਨਕ ਹੋਮ ਜਗ ਜਪ ਤਪ ਸਾਧਨਾ ਨਾਲ ਇੰਦਰੀਆਂ ਨੂੰ ਵਸ ਕਰਨ ਵਾਲੇ ਸਾਰੇ ਸਾਧਨਾ ਨਾਲ ਕਿਸੇ ਪਵਿੱਤਰ ਨਦੀ ਦੇ ਕੰਢੇ ਉੱਤੇ ਕਿਸੇ ਤੀਥ ਉੱਤੇ ਇਸ਼ਨਾਨ ਕੀਤਿਆਂ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ ਜਿਹੜੇ ਮਨੁੱਖ ਪਰਮਾਤਮਾ ਦੀ ਸ਼ਰਣ ਲੈਂਦੇ ਹਨ ਉਹਨਾਂ ਦੇ ਅੰਦਰੋਂ ਆਪਾ ਭਾਵ ਮਿਟ ਜਾਂਦਾ ਹੈ ਇਹ ਨਾਨਕ ਪਰਮਾਤਮਾ ਗੁਰੂ ਦੀ ਸ਼ਰਣ پا ਕੇ ਜਗਤ ਦੇ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਤੀਰਥ ਪਰਮੇ ਰੋਗ ਨ ਛੂਟਸ ਪੜਿਆ ਬਾਦ ਵਿਬਾਦ ਪਿਆ ਦੁਬਦਾ ਰੋਗ ਸੋ ਅਧਿਕ ਵਡੇਰਾ ਮਾਇਆ ਕਾਮੁ ਹੁਤਾਜ ਪਿਆ ਪੰਨਾ 1153 ਅਰਥ ਜਿਹੜਾ ਮਨੁੱਖ ਤੀਰਥਾਂ ਉੱਤੇ ਭਟਕਦਾ ਫਿਰਦਾ ਹੈ ਉਸ ਦਾ ਵੀ ਰੋਗ ਨਹੀਂ ਮਿਟਦਾ ਪੜਿਆ ਹੋਇਆ ਮਨੁੱਖ ਵੀ ਇਸ ਤੋਂ ਨਹੀਂ ਬਚਿਆ ਉਸ ਨੂੰ ਝਗੜੇ ਬਹਿਸ ਦੇ ਰੂਪ ਵਿੱਚ ਇਹ ਹਮੇ ਰੋਗ ਚੰਬੜਿਆ ਹੁੰਦਾ ਹੈ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਵਿੱਚ ਇੱਕ ਬੜਾ ਭਾਰਾ ਰੋਗ ਹੈ ਇਸ ਵਿੱਚ ਫਸਿਆ ਮਨੁੱਖ ਸਦਾ ਮਾਇਆ ਦਾ ਮੋਤਾਜ ਹੀ ਬਣਿਆ ਰਹਿੰਦਾ ਹੈ ਅੰਤਰ ਮੈਲ ਤੀਰਥ ਪਰਮਿਜੈ ਮਨ ਨਹੀਂ ਸੋਚਾ ਜਾਂ ਸੋਚ ਕਰੀਜੈ ਕਿਰਤ ਪਿਆ ਦੋਸ਼ ਕਾਕੋ ਦੀਜੈ ਅੰਨਾ 905 ਅਰਥ ਜੇ ਮਨ ਵਿੱਚ ਮਾਇਆ ਦੇ ਮੋਹ ਦੀ ਮੈ ਟਿਕੀ ਰਹੇ ਤੀਰਥਾਂ ਦੇ ਇਸ਼ਨਾਨਾਂ ਲਈ ਭੌਂਦਾ ਫਿਰਨਾ ਇਸ ਤਰ੍ਹਾਂ ਮਨ ਸੱਚਾ ਨਹੀਂ ਹੋ ਸਕਦਾ ਤੀਰਥ ਇਸ਼ਨਾਨ ਦਾ ਕੋਈ ਲਾਭ ਨਹੀਂ ਹੁੰਦਾ ਪਰ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਗਲਤ ਰਸਤੇ ਵੱਲ ਹੀ ਪ੍ਰੇਰਣਾ ਕਰੀ ਜਾਂਦਾ ਹੈ ਇਸ ਵਾਸਤੇ ਕਿਸੇ ਨੂੰ ਦੋਸ਼ੀ ਵੀ ਨਹੀਂ ਠਹਿਰਾਇਆ ਜਾ ਸਕਦਾ ਸਾਹਤ ਸਿਮਰਤ ਬੇਦ ਚਾਰ ਮੁਖਾਗਰ ਵਿਚਰੇ तपे तपी सर्जोगिया तीर्थ गमन करे खट कर्म ते दुगणे पूजा कलता नाए रांक न ना लगी पार ब्रह्म ता सर पर नरके जाहि 557 अर्थ जे कोई मनुख चार वेद सारे शास्त्र ते सारीया सिमरतिया नु मुंह जुबानी उचार के विचार कर सकदा है ते जे ओ जोगिया वांग हरेक तीर्थ उत्ते हो जांदा होवे ਜੇ ਉਹ ਤੀਰਥਾਂ ਤੇ ਇਸ਼ਨਾਨ ਕਰਕੇ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੋਵੇ ਤੇ ਮੰਨੇ ਪਰਮੰਨੇ ਛੇ ਧਾਰਮਿਕ ਕੰਮਾਂ ਨਾਲੋਂ ਦੂਨੇ ਧਾਰਮਿਕ ਕਰਮ ਨਿਤ ਕਰਦਾ ਹੋਵੇ ਪਰ ਜੇ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਉਸ ਦੇ ਅੰਦਰ ਨਹੀਂ ਹੈ ਤਾਂ ਉਹ ਜ਼ਰੂਰ ਨਰਕ ਵਿੱਚ ਜਾਂਦਾ ਹੈ ਆਤਮਕ ਮੋਤੇ ਮਰਦਾ ਹੈ ਨਾ ਭੀਜੇ ਰਾਗੀ ਨਾਦੀ ਭੇਦ ਨਾ ਭੀਜੇ ਸੁਰਤੀ ਗਿਆਨੀ ਜੋਗ ਨਾ ਭੀਜੇ ਸੋਗੀ ਕੀਤੇ ਰੋਜ ਨਾ ਭੀਜੈ ਰੂਪੀ ਮਾਲੀ ਰੰਗ ਨਾ ਭੀਜੈ ਤੀਥ ਭਵੇਂ ਨੰਗ ਨਾ ਭੀਜੈ ਦਾਤੀ ਕੀਤਾ ਪੁਨ ਨਾ ਭੀਜੈ ਬਾਹਰ ਬੈਠਿਆ ਸੋਨਾ ਨਾ ਭੀਜੈ ਭੇੜ ਮਰੇ ਭੇੜ ਸੂਰ ਨਾ ਭੀਜੈ ਕੇਤੇ ਹੋਵੇਂ ਧੂੜ ਲੇਖਾ ਲਿਖਿਆ ਮੰਨ ਕੇ ਪਾਇ ਨਾਨਕ ਭੀਜੈ ਸਾਚੇ ਨਾ ਵਾਰ ਸਾਰੰਗ ਪੰਨਾ 1237 ਅਰਥ ਰਾਗ ਗਾਉਣ ਨਾਲ 나ਦ ਵਜਾਉਣ ਨਾਲ ਜਾਂ वेद ਆ ਧਾਰਮਿਕ ਪੁਸਤਕਾਂ ਦੇ ਪੜ੍ਹਨ ਨਾਲ ਪ੍ਰਮਾਤਮਾ ਪ੍ਰਸਾਨ ਨਹੀਂ ਹੁੰਦਾ। ਨਾ ਹੀ ਸਮਾਧੀ ਲਾਇਆ ਗਿਆਨ ਚਰਚਾ ਕੀਤਿਆਂ ਜਾਂ ਯੋਗ ਦਾ ਕੋਈ ਸਾਧਨ ਕੀਤਿਆਂ। ਨਾ ਹੀ ਉਹ ਟੁੱਟਦਾ ਹੈ ਨਿਤ ਸੋਗ ਕੀਤਿਆਂ। ਜਿਵੇਂ ਸਰਾਵਗ ਸਰੇਵੜੇ ਕਰਦੇ ਹਨ। ਰੂਪ, ਮਾਲ, ਧਨ ਤੇ ਰੰਗ ਤਮਾਸ਼ੇ ਵਿੱਚ ਰੁੱਝਿਆਂ ਵੀ ਪ੍ਰਭੂ ਜੀਵ ਉਤੇ ਖੁਸ਼ ਨਹੀਂ ਹੁੰਦਾ। ਨਾ ਹੀ ਉਹ ਭਿੱਜਦਾ ਹੈ ਤੀਥ ਤੇ ਨਹਾਤਿਆਂ ਜਾਂ ਨੰਗੇ ਭਵੇਂ। ਦਾਨਪੁਨ ਕੀਤਿਆਂ ਵੀ ਰੱਬ ਰੀਝਦਾ ਨਹੀਂ ਤੇ ਬਾਹਰ ਜੰਗਲਾਂ ਵਿੱਚ ਸੁੰਨ ਮਸੁੰਨ ਬੈਠਿਆਂ ਵੀ ਨਹੀਂ ਪਸੀਜਦਾ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਤੀਜਾ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਤੀਜੇ ਕਾਂਡ ਦਾ ਪਹਿਲਾ ਅਤੇ ਦੂਜਾ ਭਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ